ਸ਼੍ਰੀ ਫਤਗੜ ਸਾਹੀ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰ ਕਾਲਜ ਦੇ ਵਿੱਚ ਪਰਵਾਸੀ ਸਟੂਡੈਂਟਸ ਦੀ ਗੁੰਡਾਗਰਦੀ ਦੇ ਉੱਤੇ ਯੂਨਾਈਟਿਡ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਵੱਲੋਂ ਰੋਜ਼ ਪ੍ਰਕਾਸ਼ ਜਿਹੜਾ ਕੀਤਾ ਚਾਰਜ ਜਿੱਥੇ ਉਹਨਾਂ ਨੇ ਲਿਖਿਆ ਕਿ ਸੰਗਤ ਜੀ ਇੱਕ ਕਾਲਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੀਨ ਸੱਗੇ ਦੇ ਦਸਵੰਦ ਅਤੇ ਕਿਰਤ ਕਮਾਈ ਦੇ ਨਾਲ ਇਹ ਕਾਲਜ ਨੂੰ ਬਣਾਇਆ ਗਿਆ ਪਰ ਮਾੜੀ ਕਾਰਗੁਜ਼ਾਰੀ ਦੇ ਕਾਰਨ ਇਹ ਕਾਲਜ ਜੋ ਹੈ ਕਹ ਲੋ ਕਿ ਪ੍ਰਵਾਸੀ ਸਟੂਡੈਂਟਸ ਦਾ ਅੱਧਾ ਜਿਹੜਾ ਹੈ ਪੂਰੀ ਤਰ੍ਹਾਂ ਦੇ ਨਾਲ ਬਣ ਚੁੱਕਿਆ ਇੱਥੇ ਉਹਨਾਂ ਦੇ ਵੱਲੋਂ ਬਿਹਾਰ ਤੋਂ ਆਏ ਸਟੂਡੈਂਟਸ ਤੇ ਬਾਰੇ ਗੱਲ ਕੀਤੀ ਜਾ ਰਹੀ ਤੇ ਕਿਹਾ ਜਾ ਰਿਹਾ ਕਿ ਜੋ ਪ੍ਰਵਾਸੀ ਸਟੂਡੈਂਟਸ ਨੇ ਉਹਨਾਂ ਦਾ ਅੱਧਾ ਪੂਰੀ ਤਰ੍ਹਾਂ ਦੇ ਨਾਲ ਇਹ ਕਾਲਜ ਅੱਜ ਬਣ ਚੁੱਕਿਆ ਉਨਾਂ ਨੇ ਅੱਗੇ ਲਿਖਿਆ ਕਿ ਸੰਗਤ ਦੀ ਮਾਇਆ ਦੇ ਨਾਲ ਬਣੇ ਹੋਸਟਲਾਂ ਦੇ ਵਿੱਚ ਰੈਡ ਵਾਲੇ ਜੋ ਪ੍ਰਵਾਸੀ ਸਟੂਡੈਂਟਸ ਨੇ ਇਨ੍ਹਾਂ ਇਮਾਰਤਾਂ ਦੀ ਭੰਨ ਤੋੜ ਕਰਕੇ ਇਨ੍ਹਾਂ ਇਮਾਰਤਾਂ ਦਾ ਪੂਰੀ ਤਰ੍ਹਾਂ ਦੇ ਨਾਲ ਨੁਕਸਾਨ ਵੀ ਕਰਿਆ ਰਿ ਉੱਥੇ ਕੀ ਸਿੱਖ ਸਟੂਡੈਂਟਸ ਫੈਡਰੇਸ਼ਨ ਕਿਸੇ ਵੀ ਵਿਦਿਆਰਥੀ ਨੂੰ ਉਸ ਦੀ ਪਛਾਣ ਦੇ ਆਧਾਰ ਦੇ ਉੱਤੇ ਵਰਗੀਕ੍ਰਿਤ ਨਹੀਂ ਕਰਦੀ ਇਹ ਵੀ ਗੱਲ ਉਹਨਾਂ ਦੇ ਵੱਲ ਆਖੀ ਗਈ ਹੈ ਕਿ ਸੀ ਉਹਨਾਂ ਨੂੰ ਪਛਾਣ ਦੇ ਆਧਾਰ ਦੇ ਉੱਤੇ ਵਰਗੀਕ੍ਰਿਤ ਨਹੀਂ ਕਰ ਰਹੇ ਪਰ ਉਹਨਾਂ ਨੇ ਇਹ ਵੀ ਲਿਖਿਆ ਕਿ ਪਰ ਜੇਕਰ ਇਸ ਸਮੂਹ ਦੰਗਈ ਕਾਰਨਾਮੇ ਦੇ ਲਈ ਪਛਾਣ ਦੱਸਣਾ ਬਹੁਤ ਹੀ ਜ਼ਰੂਰੀ ਬਣ ਗਿਆ ਦੱਸ ਜੀਏ ਕਿ ਉਹਨਾਂ ਨੇ ਕੁਝ ਕਾਰਨ ਵੀ ਦੱਸਿਆ ਹੈ ਯੂناਇਟਿਡ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਵੱਲੋਂ ਕੁਝ ਕਾਰਨ ਵੀ ਦੱਸੇ ਗਏ ਲਿਖੇ ਗਏ ਨੇ ਜਿਨ੍ਹਾਂ ਦੇ ਵਿੱਚ ਲਿਖਤੀ ਹੈ ਕਿ ਸਿੱਖਾਂ ਦੀ ਸੰਸਥਾ ਦੇ ਵਿੱਚ ਸਿੱਖ ਵਿਦਿਆਰਥੀਆਂ ਦੀ ਗਿਣਤੀ ਬਹੁਤ ਹੀ ਜ਼ਿਆਦਾ ਘਟੂਗੀ ਕਾਲਜ ਪ੍ਰਬੰਧਕਾਂ ਦੇ ਵਿਸ਼ੇਸ਼ ਯੂਪੀ ਬਿਹਾਰ ਦੇ ਵਿੱਚ ਏਜੰਸੀਆਂ ਹਰ ਕੀਤੀਆਂ ਜੋ ਉੱਥੋਂ ਵਿਦਿਆਰਥੀਆਂ ਨੂੰ ਰੰਗੀਨ ਸੁਪਨੇ ਦਿਖਾ ਕੇ ਲੈ ਆਉਂਦੀਆਂ ਕਿ ਅਜਿਹੇ ਦੇ ਵਿੱਚ ਕਾਉਂਸਲਿੰਗ ਕੈਂਪ ਪੰਜਾਬ ਦੇ ਸਕੂਲਾਂ ਦੇ ਵਿੱਚ ਨਹੀਂ ਲਗਾਏ ਜਾ ਸਕਦੇ ਇਹ ਗੱਲ ਇਹ ਸਟੂਡੈਂਟਸ ਦੇ ਵੱਲੋਂ ਕੀਤੀ ਜਾ ਰਹੀ ਹੈ ਉੱਥੇ ਹੀ ਉਹਨਾਂ ਲਿਖਿਆ ਕਿ ਕਿ ਸ਼੍ਰੋਮਣੀ ਕਮੇਟੀ ਦੀਆਂ ਵਿਦਿਅਕ ਸੰਸਥਾਵਾਂ ਵਿੱਚ ਪ੍ਰਾਈਵੇਟ ادارے ਦੇ ਵਾਂਗ ਸਿਰਫ ਆਮਦਨ ਦੇ ਨਾਲ ਹੀ ਮਤਲਬ ਰੱਖਦੀ ਸਵਾਲ ਕੀਤਾ ਜਾ ਰਿਹਾ ਹੈ ਉਹਨਾਂ ਦੇ ਵੱਲੋਂ ਤੇ ਅੱਗੇ ਉਹਨਾਂ ਵੱਲੋਂ ਇਹ ਲਿਖਿਆ ਗਿਆ ਕਿ ਵੱਡਾ ਕਾਰਨ ਇਹਨਾਂ ਸੰਸਥਾਵਾਂ ਦੇ ਵਿੱਚ ਸਿੱਖ ਵਿਦਿਆਰਥੀਆਂ ਦਾ ਜਥੇਬੰਦ ਨਾ ਹੋਣਾ ਮਾਤਾ ਗੁਜਰੀ ਕੋਲਜ ਦੇ ਵਿੱਚ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਯੂਨਿਟ ਬਣਾ ਕੇ ਇੱਕ ਸਹਿਜ ਪਾਠ ਆਰੰਭ ਕਰਨੇ ਸਨ ਉੱਥੇ ਅਕਾਲੀ ਲੀਡਰਾਂ ਦੀ ਸ਼ਹਿਰ ਦੇ ਉੱਤੇ ਪ੍ਰਿੰਸੀਪਲ ਸਾਹਿਬ ਨੇ ਵਿਦਿਆਰਥੀ ਤਬ ਕਾਕੇ ਕੀ ਆਕੇ ਤੁਸੀਂ ਸਟੱਡੀ ਸਰਕਲ ਜਾਂ ਐਸਓਆਈ ਦੇ ਬੈਦਰ ਹੈਡ ਕੁਝ ਕਰ ਸਕਦੇ ਹੋ ਨਹੀਂ ਤੇ ਜ਼ਿਲ੍ਹਾ ਪੁਲਿਸ ਮੁਖੀ ਕੋਲ ਮਜ਼ਬੂਰੀ ਲੈ ਕੇ ਆਵੋ ਤੇਜ਼ ਪਿੱਛੇ ਅਕਾਲੀ ਦਾਲ ਦੀ ਅਤੇ ਕੁਝ ਪੰਥਕ ਲੀਡਰਾਂ ਦੇ ਵਿਸ਼ੇ ਜਿਹੜੀ ਇਹਨਾਂ ਸਟੂਡੈਂਟਸ ਵੱਲੋਂ ਇੱਥੇ ਆਖੀ ਗਈ ਹੈ ਕਿਹਾ ਗਿਆ ਕਿ ਕੁਝ ਅਕਾਲੀ ਦਲ ਅਤੇ ਕੁਝ ਪੰਥਕ ਲੀਡਰਾਂ ਦੇ ਹੋਣ ਕਰਕੇ ਹੀ ਉਹਨਾਂ ਦਾ ਹੱਥ ਹੋਣ ਕਰਕੇ ਹੀ ਜੋ ਇਹ ਪਾਬੰਦੀਆਂ ਜਿਹੜੀਆਂ ਨੇ ਕਾਲਜ ਦੇ ਵਿੱਚ ਸਾਡੇ ਉੱਪਰ ਲਗਾਈਆਂ ਗਈਆਂ ਦੱਸ ਜੀਏ ਕਿ ਉਹਨਾਂ ਨੇ ਕਿ ਇਹ ਵੀ ਗੱਲ ਪੁੱਛੀ ਕਿ ਸਿੱਖ ਵਿਦਿਆਰਥੀ ਜਥੇਬੰਦ ਹੋਣ ਵਾਸਤੇ ਪੁਲਿਸ ਕੋਲ ਪਰਵਾਦ ਗਿਲਣ ਅਤੇ ਜੋ ਪਰਵਾਸੀ ਸਟੂਡੈਂਟਸ ਇੱਥੇ ਆ ਕੇ ਸਟੱਡੀ ਕਰ ਰਹੇ ਉਹ ਵਿਦਿਆਰਥੀ ਸਾਡੇ ਕੋਲ ਦੇ ਸਰਮਾਇ ਦੀ ਭੰਨ ਕਿਸ ਨੂੰ ਪੁੱਛ ਕੇ ਕਰਦੇ ਪਏ ਨੇ ਵੱਡਾ ਸਵਾਲ ਜਿਹੜਾ ਇਹਨਾਂ ਦੇ ਵੱਲੋਂ ਸਟੂਡੈਂਟਸ ਦੇ ਵੱਲੋਂ ਖੜਾ ਜੋ ਹੈ ਕਿ ਤੱਕੇ ਉੱਥੇ ਕਿ ਇਹਨਾਂ ਸਟੂਡੈਂਟਸ ਦੇ ਵੱਲੋਂ ਇਹ ਵੀ ਗੱਲ ਆਖੀ ਗਈ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਵਿਦਿਅਕ ਅਦਾਰੇ ਕਮਾਈ ਦੇ ਮਕਸਦ ਦੇ ਨਾਲ ਲਈ ਸਕੋ ਸਿੱਖਾਂ ਨੂੰ ਉੱਚ ਵਿਦਿਆ ਦੇਣ ਦੇ ਮਨੋਰਥ ਦੇ ਨਾਲ ਬਣੇ ਸੀ ਪ੍ਰਿਆਪਤਨ ਪ੍ਰਾਪਤ ਕਰ ਤਾਂ ਕਿ ਹੁਣ ਸੀਮਤ ਰਹਿ ਗਏ ਪੰਜਾਬ ਦਾ ਵਿਦਿਆਰਥੀ ਵੱਡੀ ਗਿਣਤੀ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਪ੍ਰਵਾਸ ਕਰ ਰਿਹਾ ਉਸ ਨੂੰ ਰੋਕਣ ਲਈ ਤੇ ਆਪਣੀ ਸਜਤਾ ਆਪਣੇ ਲਈ ਰੱਖ ਦਲੀ ਸਕੂਲਾਂ ਦੇ ਵਿੱਚ ਪਹੁੰਚ ਕਰਕੇ ਕੈਰੀਅਰ ਗਾਈਡੈਂਸ ਦੀ ਬੜੀ ਜ਼ਰੂਰਤ ਹੈ ਵੱਤ ਤੋਂ ਵੱਧ ਸਿੱਖ ਬੱਚੇ ਜਿਹੜੇ ਆ ਪੜਾਈ ਜਾ ਸਕਣ ਅਤੇ ਕਮਾਈ ਕਰਨ ਦੇ ਖਿਲਾਫ ਜੋ ਹੈ ਛੱਡ ਦੇਣਾ ਚਾਹੀਦਾ ਪਾਵਾ ਨੇ ਕਿਹਾ ਕਿ ਵੱਤ ਤੋਂ ਵੱਧ ਸਿੱਖਾਂ ਦੇ ਬੱਚਿਆਂ ਨੂੰ ਪੜਾਇਆ ਜਾਣਾ ਚਾਹੀਦਾ ਪਰ ਜੋ ਅੱਜ ਕੱਲ ਦਾ ਜੋ ਇਹ ਪ੍ਰਬੰਧ ਹੈਗਾ ਸਿਰਫ ਕਮਾਈ ਤੱਕ ਹੀ ਸੀਮਤ ਰਹਿ ਚੁੱਕਿਆ ਇਸ ਕਰਕੇ ਕਮਾਈ ਕਰਨ ਦਾ ਜੋ ਖਿਲਾਫ ਹੈ ਉਸ ਨੂੰ ਛੱਡ ਦੇਣਾ ਚਾਹੀਦਾ ਤੁਹਾਡੀ ਕੀ ਰਾਏ ਹੈ ਇਸ ਬਿਆਨ ਦੇ ਬਾਰੇ ਆਪਣੇ ਆਪਣੇ ਕਮੈਂਟਸ ਜ਼ਰੂਰ ਸਾਂਝੇ ਕਰਿਓ ਕਿ ਲਾਜੀ ਪਈਆਂ ਨੇ ਕਹਿੰਦੇ 84 ਘਰਾਵਾਂਗੇ ਨਾਲੇ ਮੁੰਡੇ ਦੀ ਸੱਟਾਂ ਮਾਰੀਆਂ ਤੁਹਾਡੇ ਸਾਹਮਣੇ ਆ 250 ਬਿਹਾਰੀ ਦਾ ਬੰਦਾ ਬਾਦਰ ਕਾਲਜ ਦੇ ਵਿੱਚ ਤੇ ਪੱਗ ਲਾਜੀ ਕਿਦੇ ਹੱਥ ਦੇ ਸੱਟਾਂ ਮੁੱਝੀਆਂ ਕਹਿੰਦੇ 84 ਘਰਾਵਾਂਗੇ ਸਾਡਾ ਰਾਜ ਆਣਾ ਵੀਰੇ ਪੰਜਾਬ 'ਚ ਆ ਤੁਹਾਡੇ ਸਾਹਮਣੇ ਆ ਕਿ ਆ ਕੁਝ ਹੋ ਰਿਹਾ ਪੰਜਾਬ 'ਚ ਦੇਖ ਲਓ ਦੱਸਾਂਗੇ